ਸੋ ਟ੍ਰਾਂਟੋ, ਮੌਂਟਰੀਅਲ, ਕੈਲਗਰੀ ਤੇ ਵੈਂਕੂਵਰ ਤੋਂ ਇਲਾਵਾ ਪੰਜ ਹੋਰ 에어ਪੋਰਟ ਜਿਨ੍ਹਾਂ ਦੇ ਵਿੱਚ ਕਿਊਬੇਕ, ਆਡਵਾ, ਮੈਕਡੋਨਲ ਅਤੇ ਵਿਨੀਪੈਗ, ਐਡਮਿੰਟਨ 에어ਪੋਰਟ ਯਾਤਰੀਆਂ ਦਾ ਸਵਾਗਤ ਕਰਨ ਦੇ ਲਈ ਤਿਆਰ ਨੇ ਪੀ ਐਚ ਸੀ ਦੇ ਮੁਤਾਬਕ ਇਹ ਹਵਾਈ ਅਡੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਤੇ ਟ੍ਰਾਂਸਪੋਰਟ ਕੈਨੇਡਾ ਦੇ ਸਹਿਯੋਗ ਦੇ ਨਾਲ 9 ਅਗਸਤ ਤੋਂ ਬਾਅਦ ਜਿੰਨੀ ਜਲਦੀ ਸੰਭਵ ਹੋ ਸਕੇ ਕੁਮਾਂਤਰੀ ਯਾਤਰੀਆਂ ਦੇ ਸਵਾਗਤ ਲਈ ਲੋੜੀਂਦੇ ਉਪਾਅ ਮਨੂ ਲਾਗੂ ਕਰਨ ਦੇ ਲਈ ਕੰਮ ਕਰ ਰਹੀ ਹੈ ਇਹਨਾਂ ਸ਼ਰਤਾਂ ਦੇ ਮੁਤਾਬਕ ਸੋ ਫੈਡਸ ਨੇ ਕਿਹਾ ਪ੍ਰੀ ਅਰਾਈਵਲ ਟੈਸਟਿੰਗ ਅਜੇ ਵੀ ਜਿਹੜੀ ਹੈ ਸ਼ਾਮਿਲ ਹੈ ਪਰ 9 ਅਗਸਤ ਤੱਕ ਪਰ ਇਸ ਤੋਂ ਇਲਾਵਾ ਪੂਰੀ ਤਰ੍ਹਾਂ ਟੀਕੇ ਲਗਵਾਉਣ ਵਾਲੇ ਯਾਤਰੀਆਂ ਦੇ ਲਈ ਆਉਣ ਤੋਂ ਬਾਅਦ ਦੇ ਲਾਜ਼ਮੀ ਟੈਸਟਿੰਗ ਨੂੰ ਜਿਹੜਾ ਉਹ ਬੇਤਰਤੀਬੇ ਟੈਸਟਿੰਗ ਪ੍ਰਕਿਰਿਆ ਦੇ ਹੱਕ ਦੇ ਵਿੱਚ ਖਤਮ ਕੀਤਾ ਜਾਏਗਾ ਮੌਜੂਦਾ ਕੈਨੇਡਾ ਅਮਰੀਕਾ ਦੀਆਂ ਸਰਹੱਦੀ ਪਾਬੰਦੀਆਂ ਤਬਦੀਲੀ ਨਾ ਹੋਣ ਤੱਕ ਯਾਨੀ 9 ਅਗਸਤ ਤੱਕ ਜਿਹੜਾ ਉਹ ਲਾਗੂ ਰਹਿਣਗੀਆਂ ਕੈਨੇਡਾ ਦੀ ਸਿਹਤ ਮੰਤਰੀ ਨੇ ਕਿਹਾ ਹੈ ਕਿ ਕੈਨੇਡੀਅਨ ਦੀ ਸੁਰੱਖਿਆ ਤਰਜੀਹ ਹੈ ਕੈਨੇਡਾ ਦੇ ਵਿੱਚ ਟੀਕਾ ਕਰਨ ਦੀ ਵਧ ਰਹੀ ਦਰ ਦੇ ਨਾਲ ਤੇ ਘੱਟ ਮਾਮਲੇ ਸਾਹਮਣੇ ਆਉਣ ਦੇ ਨਾਲ ਸਰਹੱਦੀ ਉਪਾਅ ਸੁਰੱਖਿਆ ਢਾਂਗ ਨਾਲ ਖੋਲੇ ਜਾ ਰਹੇ ਨੇ ਮੁੜ ਖੋਲਣ ਦੀ ਹੌਲੀ-ਹੌਲੀ ਪਹੁੰਚ ਸਾਡੇ ਸਿਹਤ ਅਧਿਕਾਰੀਆਂ ਨੂੰ ਇਥੋਂ ਦੇ ਵਿਦੇਸ਼ਾਂ ਦੇ ਵਿੱਚ ਕੋਵਿਡ-19 ਸਥਿਤੀ ਦੀ ਨਿਗਰਾਨੀ ਕਰਨ ਦੀ ਜਿਹੜੀ ਹੈ ਉਹ ਇਜਾਜ਼ਤ ਦੇਵੇਗੀ 9 ਅਗਸਤ ਤੋਂ 12 ਸਾਲ ਦੇ ਤੇ ਇਸ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਜੋ ਪੂਰੀ ਤਰ੍ਹਾਂ ਟੀਕਾਕਰਨ ਜਿਨ੍ਹਾਂ ਦੇ ਮਾਪਿਆਂ ਦਾ ਹੋ ਚੁੱਕਾ ਹੈ ਉਹ ਸੰਯੁਕਤ ਰਾਜ ਤੋਂ ਯਾਤਰਾ ਜੇ ਕਰ ਰਹੇ ਨੇ ਤਾਂ 2 ਹਫ਼ਤੇ ਜਾਂ 14 ਦਿਨ ਦੇ ਲਈ ਆਈਸੋਲੇਸ਼ਨ ਖਤਮ ਹੋਣ ਦੀ ਉਹਨਾਂ ਦੀ ਜਿਹੜੀ ਲੋੜ ਹੋਵੇਗੀ ਆਈਸੋਲੇਸ਼ਨ ਉਹਨਾਂ ਨੂੰ ਨਹੀਂ ਕਰਨੀ ਪਵੇਗੀ ਹਾਲਾਂਕਿ ਉਹਨਾਂ ਨੂੰ ਸਿਹਤ ਦੇ ਨਾਲ ਜੁੜੀਆਂ ਹੋਰ ਪਾਬੰਦੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਜਿਵੇਂ ਕਿ ਕਦੇ ਵੱਡੇ ਸਮੂਹ ਜਿਹੜੇ ਨੇ ਉੱਥੇ ਜਾਣ ਤੋਂ ਉਹਨਾਂ ਨੂੰ ਪਰਹੇਜ਼ ਕਰਨਾ ਹੋਵੇਗਾ ਜਿਹੜਾ ਵੀ ਕੋਈ ਵਿਅਕਤੀ ਟੀਕਾਕਰਨ ਸੰਬੰਧੀ ਗਲਤ ਜਾਣਕਾਰੀ ਦੇਵੇਗਾ ਉਸਨੂੰ 750000 ਡਾਲਰ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਹੈ ਜਾਂ ਅਪਰਾਧੀ ਕੋਡ ਦੇ ਤਹਿਤ ਮੁਕੱਦਮਾ ਉਸਤੇ ਚਲਾਇਆ ਜਾ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ